ਬਾਪੂ ਜੀ ਤੁਸੀਂ ਉਰੇ ਕਾਹਤੋਂ ਪਏ ਸੀ ਜੀ? ਇੱਥੇ ਜੀ ਸਾਡੇ ਬਜ਼ੁਰਗਾਂ ਦੇ ਹਾਲਾਤ ਇਹ ਬਣ ਗਏ, ਇਹਨਾਂ ਦਾ ਆਧਾਰ ਕਾਰਡ ਦਿਓ ਜੀ। ਕਿੱਥੇ ਆ ਜੀ? ਅੱਛਾ ਜੀ, ਇੱਕ ਇਹਨਾਂ ਕੋਲੇ ਬੈਗ ਆ ਜੀ ਔਰ ਇੱਕ ਇਹਨਾਂ ਕੋਲੇ ਮੋਬਾਈਲ ਫੋਨ। ਸਿੰਗਰ ਤਾਂ ਹੋਰ ਵੀ ਬਹੁਤ ਹੋਏ ਨੇ ਪਰ ਇੱਦਾਂ ਦੇ ਬਜ਼ੁਰਗਾਂ ਦੀ ਜੇਬ 'ਚ ਇਸ ਇਨਸਾਨ ਦੀ ਫੋਟੋ ਮਿਲਣੀ, ਤੁਸੀਂ ਆਪ ਅੰਦਾਜ਼ਾ ਲਾ ਲਿਓ ਇਸ ਇਨਸਾਨ ਨੇ ਕੀ ਖੱਟਿਆ। ਕਿਸੇ ਧੀ ਭੈਣ ਨੂੰ ਮਾੜਾ ਨਹੀਂ ਬੋਲਿਆ, ਇੱਜ਼ਤਾਂ ਦੀ ਗੱਲ ਕੀਤੀ, ਅਣਖ ਦੀ ਗੱਲ ਕੀਤੀ ਔਰ ਇੱਦਾਂ ਦੇ ਬਜ਼ੁਰਗਾਂ ਦੀ ਜੇਬ 'ਚ ਇੱਕ ਸਿੱਧੂ ਮੂਸੇ ਵਾਲੇ ਵੀਰ ਦੀ ਫੋਟੋ ਨਿਕਲਣੀ, ਤਾਂ ਤੁਸੀਂ ਆਪ ਅੰਦਾਜ਼ਾ ਲਾ ਲਿਓ ਨੌਜਵਾਨੋ ਵੀ ਕੀ ਇਨਸਾਨ ਦੇ ਕੋਲ, ਉਹਦੇ ਕੋਲ ਕੀ ਐਸਾ ਪਰਮਾਤਮਾ ਨੇ ਭੇਜਿਆ ਵਾ ਅਸੀਂ ਇਨਸਾਨ ਹੋ। ਬਾਪੂ ਜੀ ਠੀਕ ਨੇ? ਆਰਮੀ ਦੇ ਵਿੱਚ ਨੌਕਰੀ ਕੀਤੀ ਆ, ਨੌਕਰੀ ਕਰਨ ਤੋਂ ਬਾਅਦ ਜਿਹੜਾ CMC ਹੌਸਪੀਟਲ ਦੇ ਬਾਹਰ ਸਿਕਿਉਰਿਟੀ ਗਾਰਡ ਦੀ ਵੀ ਨੌਕਰੀ ਕੀਤੀ ਆ। ਤੁਸੀਂ ਇੱਕ ਦੇਖੋ, ਇੱਕ ਇਨਸਾਨ ਦਿਮਾਗੀ ਪਰੇਸ਼ਾਨ ਸੜਕ 'ਤੇ ਪਿਆ ਹੋਵੇ ਤਾਂ ਉਹਦੀ ਜੇਬਾਂ ਦੇ ਵਿੱਚ ਸਿੱਧੂ ਮੂਸੇ ਵਾਲੇ ਵੀਰ ਦੀਆਂ ਫੋਟੋਆਂ, ਇਹ ਉਹਦੀ ਕਮਾਈ ਸੀ ਇਨਸਾਨ ਦੀ, ਇਹ ਉਹਦੀ ਕਮਾਈ ਸੀ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੀ, ਜਿਹਨੇ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ, ਜਿਹਨੇ ਅਣਖ ਦੀ ਮਿਸਾਲ ਦਿੱਤੀ, ਦਲੇਰੀ ਦੀ ਮਿਸਾਲ ਦਿੱਤੀ, ਜਿਹਨੇ ਇੰਨੀਆਂ ਗੋਲੀਆਂ ਚੱਲਦੀਆਂ ਦੇ ਵਿੱਚ ਵੀ ਗੋਲੀਆਂ ਚਲਾ ਕੇ ਆਪਦੀ ਅਣਖ ਦਾ ਪੂਰਾ ਜਿਹੜਾ ਪ੍ਰੂਫ ਦਿੱਤਾ ਵੀ ਅਸੀਂ ਅਣਖੀ ਉਸ ਗੁਰੂ ਦੇ ਪੁੱਤ ਹਾਂ। ਵਾਹਿਗੁਰੂ ਸੱਚਿਆ ਪਾਤਸ਼ਾਹ। ਵਾਹਿਗੁਰੂ ਸੱਚਿਆ ਪਾਤਸ਼ਾਹ। ਠੀਕ ਹੈ ਜੀ। ਬਾਪੂ ਜੀ ਅੱਛਾ ਕੋਈ ਨਾ ਕੋਈ ਨਾ ਬਾਪੂ ਜੀ ਵਾਹਿਗੁਰੂ ਜੀ, ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਉੱਪਰ ਸਿਰ ਨਾ ਵੱਜੇ ਜੀ, ਕੋਈ ਨਾ ਕੋਈ ਆਉਣਗੇ ਹੁਣ ਅੱਗੇ ਨੂੰ ਆ ਜਾਓ ਜੀ, ਅੱਗੇ ਨੂੰ ਆ ਜਾਓ, ਅੱਗੇ ਨੂੰ ਆ ਜਾਓ ਜੀ, ਇੱਧਰ ਨੂੰ ਹੋ ਜਾਓ ਜੀ, ਆ ਜਾਓ ਜੀ, ਆ ਜਾਓ ਅੱਗੇ, ਆ ਜਾਓ ਆ ਜਾਓ ਆ ਜਾਓ ਖਾਲਸਾ ਜੀ, ਆ ਜਾਓ ਆ ਜਾਓ, ਉੱਪਰ ਨਾ ਹੋਇਆ ਜੀ, ਉੱਪਰ ਨਾ ਹੋਇਆ, ਆ ਜਾਓ ਆ ਜਾਓ ਆ ਜਾਓ ਆ ਜਾਓ ਜੀ, ਆ ਜਾਓ ਬਾਪੂ ਜੀ, ਆ ਜਾਓ ਆ ਜਾਓ ਆ ਜਾਓ ਜੀ, ਆ ਜਾਓ ਆ ਜਾਓ ਆ ਜਾਓ ਜੀ, ਆ ਜਾਓ ਅੱਗੇ ਨੂੰ ਆ ਜਾਓ ਬਾਪੂ ਜੀ, ਆ ਜਾਓ ਆ ਜਾਓ ਆ ਜਾਓ ਆ ਜਾਓ ਜੀ, ਆ ਜਾਓ ਆ ਜਾਓ ਅੱਗੇ ਨੂੰ ਹੋ ਜਾਓ, ਥੋੜ੍ਹਾ ਹੋਰ ਅੱਗੇ ਨੂੰ ਹੋ ਜਾਓ ਜੀ, ਆ ਜਾਓ ਜੀ, ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਜੀ, ਆ ਜਾਓ ਆ ਜਾਓ ਆ ਜਾਓ, ਬੋਲੋ ਵਾਹਿਗੁਰੂ ਜੀ, ਆ ਜਾਓ ਜੀ, ਆ ਜਾਓ ਆ ਜਾਓ ਆ ਜਾਓ ਆ ਜਾਓ ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆ ਜਾਓ ਅੱਗੇ ਨੂੰ ਆ ਜਾਓ ਜੀ, ਆ ਜਾਓ ਜੀ, ਆ ਜਾਓ ਆ ਜਾਓ, ਥੋੜ੍ਹਾ ਅੱਗੇ ਨੂੰ ਆ ਜਾਓ ਜੀ, ਆ ਜਾਓ ਆ ਜਾਓ ਆ ਜਾਓ ਆ ਜਾਓ, ਤੁਸੀਂ ਉਰੇ ਕਾਹਤੋਂ ਪਏ ਸੀ ਜੀ? ਆ ਜਾਓ ਅੱਗੇ ਨੂੰ, ਆ ਜਾਓ ਆ ਜਾਓ, ਦੇਖੋ ਦੇਖੋ ਖੜੇ ਨਾ ਹੋਇਓ, ਖੜੇ ਨਾ ਹੋਇਓ, ਖੜੇ ਥੋੜੇ ਲੱਗੂ ਟੂਹੀ 'ਚ, ਇੱਕ ਨੇ ਅੱਗੇ ਨੂੰ ਆ ਜਾਓ, ਚਲੋ ਕੋਈ ਨਾ ਬਹਿ ਜਾਓ। ਬਾਪੂ ਜੀ ਤੁਸੀਂ ਉਰੇ ਕਾਹਤੋਂ ਪਏ ਸੀ ਜੀ? ਇੱਥੇ ਜੀ, ਇੱਥੇ, ਹਾਂਜੀ ਇੱਥੇ ਉੱਦਾਂ ਹੀ ਪਏ ਸੀ ਜੀ। ਅੱਛਾ ਕਿਹੜਾ ਪਿੰਡ ਆ ਜੀ ਤੁਹਾਡਾ ਜੀ? ਮੇਰਾ ਫਰੀਦਕੋਟ ਜੀ। ਫਰੀਦਕੋਟ, ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਤੁਸੀਂ ਦੇਖਿਆ ਜੀ ਇਸ ਟਾਈਮ ਅਸੀਂ ਕਾ ਵੀਰ ਨੇ ਸਾਡੇ ਬੜੇ ਦਾਨੀ ਸੱਜਣ ਨੇ ਜਿਨ੍ਹਾਂ ਨੇ ਮਤਲਬ ਇਸ ਵੀਰ ਨੂੰ ਸਾਂਭਿਆ ਵਾ ਸੀਗਾ, ਇਹ ਪਟਿਆਲੇ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਨੇ ਬਾਪੂ ਜੀ, ਇਹ ਕਾਫੀ ਜਗ੍ਹਾ ਤੋਂ ਸਾਨੂੰ ਵੀਡੀਓਜ਼ ਆਈਆਂ ਇਸੇ ਹਾਲਾਤਾਂ 'ਚ। ਤੁਸੀਂ ਦੇਖੋ ਬਾਪੂ ਜੀ ਪਾ ਲਓ ਜੀ, ਤੁਸੀਂ ਬਾਹਰ ਆ ਕੇ ਪਜਾਮਾ ਪਾ ਲਓ ਪਹਿਲਾਂ, ਆ ਜਾਓ, ਹਾਂਜੀ ਹਾਂਜੀ ਹਾਂਜੀ, ਆ ਜਾਓ ਬਾਹਰ ਆ ਜਾਓ ਜੀ, ਬਾਪੂ ਜੀ ਆਉਂਦੇ ਨੇ, ਲੈ ਮੈਨੂੰ ਮੈਂ ਕਰ ਦੇਣਾ ਜੀ ਸੈੱਟ, ਖੜ ਜਾਓ, ਆ ਖੋਲ ਲਓ, ਇਹਨੂੰ ਖੋਲ ਲਓ, ਹਾਂ। ਔਰ ਦੇਖੋ ਸੰਗਤ ਜੀ ਤੁਸੀਂ ਇਸ ਟਾਈਮ ਦੇਖ ਕੇ ਹਟਿਓ, ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜ੍ਹਾ ਜਿਹਾ ਪਿੱਛੇ ਹੋ ਜਾਵੇ ਜੀ। ਔਰ ਇਹ ਬਾਪੂ ਜੀ ਦੇ ਹਾਲਾਤ ਕੀ ਨੇ, ਅਸੀਂ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਹਾਲਾਤ ਤੁਸੀਂ ਦੇਖੋ, ਮੈਂ ਕੈਮਰਾਮੈਨ ਨੂੰ ਕਹੂੰਗਾ ਦੁਬਾਰੇ ਦਿਖਾਇਓ ਸਾਡੇ ਬਜ਼ੁਰਗਾਂ ਦੇ ਹਾਲਾਤ ਇਹ ਬਣ ਗਏ, ਇਹਨਾਂ ਦਾ ਆਧਾਰ ਕਾਰਡ ਦਿਓ ਜੀ, ਕਿੱਥੇ ਆ ਜੀ? ਅੱਛਾ ਜੀ, ਇੱਕ ਇਹਨਾਂ ਕੋਲੇ ਬੈਗ ਆ ਜੀ ਔਰ ਇੱਕ ਇਹਨਾਂ ਕੋਲੇ ਮੋਬਾਈਲ ਫੋਨ। ਅੱਛਾ ਠੀਕ ਹੈ ਜੀ, ਠੀਕ ਹੈ ਜੀ, ਬਾਪੂ ਜੀ ਆ ਕੁਰਸੀ ਲਿਆਇਓ ਜੀ ਇੱਕ ਜਣਾ ਜੀ, ਅੱਛਾ ਮੈਨੂੰ ਦਿਖਾਇਓ ਜੀ, ਆ ਤੁਸੀਂ ਫੜਿਓ ਜੀ ਮਾੜਾ ਜਿਹਾ, ਆ ਮੋਬਾਈਲ ਫੜਿਓ ਬਾਪੂ ਜੀ ਦਾ, ਬਾਕੀ ਆ ਦੇਖਿਓ ਤੁਸੀਂ, ਅੱਛਾ ਬਾਪੂ ਜੀ, ਬਾਪੂ ਜੀ ਤੁਸੀਂ ਆਰਮੀ 'ਚ ਵੀ ਰਹੇ ਹੋ ਜੀ? ਆ ਦੇਖੋ ਤੁਸੀਂ ਬਾਪੂ ਜੀ ਦੀਆਂ ਫੋਟੋਆਂ ਨੇ ਜੀ ਕੋਲੇ, ਔਰ ਸਾਡੇ ਭਰਾ ਜਿਹੜੇ ਸਾਰੇ ਤੁਸੀਂ ਸ਼ੇਅਰ ਕਰਦੇ ਹੋ, ਤੁਹਾਡੇ ਸ਼ੇਅਰ ਕਰਨ ਦੇ ਨਾਲ ਜਿਹੜੇ ਇਹਨਾਂ ਦਾ ਘਰ ਮਿਲ ਸਕਦਾ ਜੀ। ਆ ਦੇਖੋ ਪਰਿਵਾਰ ਦੀ ਫੋਟੋ, ਆ ਬਾਪੂ ਜੀ ਖੜੇ ਨੇ ਇੱਧਰਲੇ ਪਾਸੇ ਜੀ, ਇਹ ਜ਼ਰੂਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਸਾਰੇ ਭੈਣ ਭਰਾਵਾਂ ਨੇ, ਮੈਂ ਕਹੂੰਗਾ ਇੱਕ ਜਣਾ ਸਹਾਇਤਾ ਕਰੀ ਜਾਵੇ ਸਾਡੀ, ਆ ਫੜੇ ਚੱਲੋ ਜੀ ਤੁਸੀਂ।
और नाल बैंक की कापी आ जी, ये तो एड्रैस निकले आना जी बापू जी का, ये बैंक की कापी तो फड़ियो मैं एक मिनट जी। और इन्हों का आधार कार्ड आ जी गुरनेक सिंह, और इन्ह का 64 का जन्म आ जी, इन्ह का पिंड हैगा सन ऑफ बख्शीश सिंह पिंड, असी बोल के दस दें जी बख्शीश सिंह गली मस्त वाली चौंक मन्ना सिंह अमृतसर, अमृतसर के वीर जिहड़े जिहड़े साडी वीडियो नूं तुसीं देख रहे हो शेयर कर दिओ वध तों वध। ये जिहड़े बापू जी ने इन्हां दे जिहड़े भरा ने उह कनेडा दे विच रहिंदे ने, उह इस टाइम पंजाब आए हुए ने, वीरां ने गल कीती आ। और ये असले दा नसंस है जी, ये असले दा है ना जी, ये कहदा जी ये बापू जी थोड़ा असला भी बनिया हुआ सी जी, ये असले दा लसंस है जी। ना जी ना, ये डिस्चार्ज हो कार नूं। अच्छा ठीक है जी, ठीक है जी। बापू जी तुसी पटियाले तुसी केड़ी जगह ते आए सी, तुसी पटियाले किवें पहुंच गए जी? पता नहीं लग्या बाबा जी। अच्छा अच्छा पता नहीं लग्या जी, तुसी किथों रहंदे किथे ते जी? हां फरीदकोट दे। फरीदकोट तुसी किथे काम कर किथे करदे हो? हां जी काम कर किथे करदे सी जी? मैं पिंड ही गया सीगा जी हुण तां। अच्छा ऊ रहंदे किथे सी जी? हां जी पिंड ही रहंदे सी। पिंडे रहंदे सी, नाले किने दस्या वी बड़ू साहब खाने किथे नौकरी करदे थे? हां जी हां जी काम तां कई थां ते कीता जी। अच्छा जी ठीक है जी। हुण तुसी थोड़ा पिंड हैगा अमृतसर दे विच आई आ, थोड़ा आधार कार्ड आ जी? हां जी हां जी। ये हैगा जी? नहीं मेरा आधार कार्ड तां बणया अमृतसर दा, हुण डिस्ट्रिक्ट साडा फरीदकोट है। अच्छा फरीदकोट, पिंड केड़ा जी? कुद्दूवाला जी। कुद्दूवाला जी ठीक है जी। कुद्दूवाले दे नाल नाल किहड़े किहड़े पिंड पैंदे ने जी? हां जी कुद्दूवाले पिंड दे नाल नाल किहड़े किहड़े पिंड पैंदे ने? माण मराड़ पै जांदे आ जी, संगतपुरा। ठीक है जी। थोड़ा जी पक्का नाम गुरनेक सिंह आ, कोई कच्चा नाम भी हैगा जी? गुरनेक सिंह दे नाम तो जानते ने तुहानू? ठीक है ठीक है जी। तुसी इस वक्त पटियाले पहुंच गए जी, थोनू हैगा अंदाजा जी? मैनू नहीं पता लग्या गा। पता ही नहीं लगे जी? थोड़े सिर च भी सट लगी भी है जी, इधरले पास थोड़ी जी का कोई गल नहीं। ये आपां नूं कदों किथे मिलणे केड़े वीर दस सकदे ने आपां नूं जी? ਵੀਰੇ ਸਵੇਰੇ ਆਪਣੇ ਘਰ ਤੇ ਇੱਧਰ ਰਾਤ ਨੂੰ ਘੁੰਮ ਰਹੇ ਸੀ। ਓਕੇ ਜੀ। ਤੇ ਸਵੇਰੇ ਆਪਣੇ ਇੱਧਰ ਕਲੋਨੀ ਚ ਪਏ ਸੀ। ਅੱਛਾ ਜੀ ਹਾਂਜੀ ਠੀਕ ਹੈ ਵੀਰੇ। ਮੈਨੂੰ ਪਿੰਡੋਂ ਪਤਾ ਲੱਗਿਆ ਇਹ, ਮਤਲਬ ਕੱਲ ਦੇ ਹੀ ਫਿਰ ਰਹੇ ਨੇ, ਸਵੇਰੇ ਵੀ ਸਾਜਰੇ ਵੀ 6-7 ਵਜੇ ਦੇਖਿਆ। ਓਕੇ 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 ਆਪਣੇ ਪਿੰਡ ਵਾਲੇ ਗਏ ਉਹਨਾਂ ਨੇ ਦੇਖਿਆ। ਠੀਕ ਹੈ ਜੀ। ਤੁਹਾਨੂੰ ਕੱਲ ਤਾਂ ਨਹੀਂ ਗਏ ਕਿਸੇ ਨੇ? ਪੂਰੇ ਬਾਹਰ ਇੱਧਰ ਉਹਨਾਂ ਨੇ ਆਹ ਬੈਗ ਉੱਥੋਂ ਲਿਆਂਦਾ ਇੱਧਰ ਗੁਰਦੁਆਰਾ ਸਾਹਿਬ ਆਦਰਸ਼ ਕਲੋਨੀ ਦੇ। ਠੀਕ ਹੈ ਜੀ। ਬਾਪੂ ਜੀ ਆਹ ਤੁਹਾਡਾ ਜਿਹੜਾ ਅਕਾਊਂਟ ਨੰਬਰ ਆ ਇਹ ਲੁਧਿਆਣੇ ਦਾ ਜੀ? ਹਾਂਜੀ ਹਾਂਜੀ ਮੈਂ ਨਾ ਨੌਕਰੀ ਕਰਦਾ ਲੁਧਿਆਣੇ ਜੀ, ਮੇਰੀ ਸੈਲਰੀ ਦਾ ਵਾ। ਅੱਛਾ ਜੀ ਕਿੱਥੇ ਨੌਕਰੀ ਕਰਦੇ ਤੇ ਲੁਧਿਆਣੇ ਜੀ? ਮੈਂ CMC ਲੁਧਿਆਣੇ ਜੀ। CMC ਲੁਧਿਆਣੇ 'ਚ ਕੀ ਨੌਕਰੀ ਕਰਦੇ ਸੀ ਜੀ? ਸਿਕਿਉਰਟੀ ਗਾਰਡ ਸੀਗਾ। ਲਓ ਜੀ ਹੁਣ ਤਾਂ ਪੱਕਾ ਹੀ ਲੱਭ ਜੂਗਾ ਜੀ। CMC ਲੁਧਿਆਣੇ ਦੇ ਵਿੱਚ ਸਾਡੇ ਜਿਹੜੇ ਵੀ ਭਰਾ ਤੁਸੀਂ ਦੇਖ ਰਹੇ ਹੋ ਇਹ ਬਾਪੂ ਜੀ ਸਿਕਿਉਰਟੀ ਗਾਰਡ ਦੀ ਨੌਕਰੀ ਕਰਦੇ ਸੀ ਜੀ। ਇਹਨਾਂ ਦਾ ਜਿਹੜਾ ਬੈਂਕ ਦਾ ਖਾਤਾ ਉਹ ਵੀ ਇਹਨਾਂ ਦੇ ਕੋਲ ਆ। ਇਹ ਪਤਾ ਨਹੀਂ ਰੱਬ ਜਾਣੇ ਹੁਣ ਕਿੱਦਾਂ ਉਰੇ ਪਟਿਆਲੇ ਆਏ, ਕਿੱਦਾਂ ਇਹ ਹਾਲਾਤਾਂ 'ਚ ਪਹੁੰਚ ਗਏ, ਕੋਈ ਦੌਰਾ ਪੈ ਗਿਆ ਜਾਂ ਡਿੱਗੇ ਜਾਂ ਕਿਸੇ ਨੇ ਕੋਈ ਸੱਟ ਮਾਰੀ ਜਾਂ ਕੋਈ ਐਸੀ ਕੀ ਗੱਲ ਹੋਈ ਜਿਹੜੇ ਬਾਪੂ ਜੀ ਤੁਸੀਂ ਦੇਖੋ ਇਸ ਟਾਈਮ ਇਹ ਟਰੈਲੀ ਦੇ ਨੀਚੇ ਸੁੱਤੇ ਪਏ ਸੀ ਜੀ। ਇੱਕ ਇਨਸਾਨ ਨੂੰ ਸਾਰੀ ਸੋਝੀ ਹੋਵੇ, ਇੱਕ ਇਨਸਾਨ ਨੂੰ ਆਪਣਾ ਐਡਰੈਸ ਪਤਾ ਹੋਵੇ, ਜੇਬ ਦੇ ਵਿੱਚ ਸਾਰਾ ਕੁਛ ਆ, ਮੋਬਾਈਲ ਆ, ਪਰ ਉਹ ਚੰਗੇ ਇਨਸਾਨਾਂ ਦੇ ਕੋਲੇ ਪਹੁੰਚ ਗਏ। ਜੇਕਰ ਕਿਸੇ ਬੁਰੇ ਇਨਸਾਨਾਂ ਕੋਲੇ ਪਹੁੰਚੇ ਹੁੰਦੇ ਨਾ ਤਾਂ ਇਹ ਬੈਗ ਲੱਭਣਾ ਸੀ ਨਾ ਇਹ ਮੋਬਾਈਲ ਲੱਭਣਾ ਸੀ। ਔਰ ਜਿੰਨੇ ਇਹਨਾਂ ਦੀ ਜੇਬ 'ਚ ਪੈਸੇ ਨੇ ਉਹ ਵੀ ਵੀਰ ਲਈ ਬੈਠੇ ਨੇ, ਇਹ ਹੁੰਦੀ ਆ ਇਮਾਨਦਾਰੀ ਦੀ ਮਿਸਾਲ। ਇੱਦਾਂ ਦੇ ਇਨਸਾਨ ਬਹੁਤ ਘੱਟ ਮਿਲਦੇ ਨੇ, ਨਹੀਂ ਜ਼ਿਆਦਾਤਰ ਕੋਈ ਬੰਦਾ ਰੋਡ 'ਤੇ ਪਿਆ ਉਹਨੂੰ ਲੁੱਟਣ ਵਾਲੇ ਹੀ ਮਿਲਣਗੇ, ਵੀ ਇਹਦੀ ਜੇਬ 'ਚੋਂ ਕੋਈ ਚੀਜ਼ ਕੱਢ ਕੇ ਲੈ ਕੇ ਤੁਰਦੇ ਬਣੀਏ। ਪਰ ਇਨਸਾਨੀ ਦੇ ਨਾਤੇ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ। ਅਸੀਂ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਖੜ੍ਹੇ ਹਾਂ ਇਸ ਟਾਈਮ ਥਾਪਰ ਯੂਨੀਵਰਸਿਟੀ ਦੀ ਬੈਕ ਸਾਈਡ 'ਤੇ, ਔਰ ਇਸੇ ਰੋਡ 'ਤੇ ਅੱਗੇ ਜਾ ਕੇ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਇੱਕ ਆਸ਼ਰਮ ਬਣ ਰਿਹਾ ਜਿੱਥੇ ਸਾਡਾ ਕੰਮ ਮੰਦ ਬੁੱਧੀ ਜਿਹੜੇ ਵੀਰ ਭਰਾ ਨੇ ਉਹਨਾਂ ਨੂੰ ਠੀਕ ਕਰਨਾ ਔਰ ਇੱਦਾਂ ਦੇ ਬੇਸਹਾਰੇ ਬਾਪੂਆਂ ਦੇ ਨਾਲ ਖੜਨ ਦੀ ਜੀ। ਬਾਕੀ ਸਾਰੇ ਭਰਾ ਖੜੇ ਨੇ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ। ਵੀਰੇ ਫੜਿਓ ਕੋਈ ਹੋਰ ਕੀ ਚੀਜ਼ ਆਈ ਜੇਬ 'ਚ? ਓਕੇ ਬਾਪੂ ਜੀ ਹੁਣ ਤੁਹਾਨੂੰ ਅਸੀਂ ਆਪਣੇ ਕੋਲ ਰੱਖ ਕੇ ਠੀਕ ਕਰਕੇ ਫਿਰ ਪਿੰਡ ਪਹੁੰਚਾ ਦਿੰਦੇ ਹਾਂ। ਪਿੰਡ ਕਿੱਥੇ ਪਹੁੰਚਾਈਏ ਦੱਸੋ? ਹਾਂਜੀ ਮੇਰੇ ਪਿੰਡ ਹੀ ਪਜਾਰੇ ਪਿੰਡ ਕੁੱਦੂਵਾਲੇ। ਅੱਛਾ ਤੁਹਾਡੇ ਮੰਮੀ ਡੈਡੀ ਮਾਂ ਬਾਪ ਹੈਗੇ ਜੀ? ਹਾਂਜੀ ਨਹੀਂ ਮੰਮੀ ਡੈਡੀ ਨਹੀਂ ਹੈਗੇ। ਅੱਛਾ ਤੁਹਾਡੇ ਭਰਾ ਹੈਗੇ ਜੀ? ਭਰਾ ਹੈਗਾ ਜੀ। ਕੀ ਕੰਮ ਕਰਦੇ ਨੇ ਜੀ? ਉਹ ਤਾਂ ਕੈਨੇਡਾ 'ਚ ਗਏ। ਅੱਛਾ ਕੈਨੇਡਾ 'ਚ ਜੀ। ਦੋਨੇ ਭਰਾ ਹੋ ਤੁਸੀਂ ਜੀ ਕਿ ਹੋਰ ਵੀ ਹੈਗੇ ਜੀ? ਦੋ ਜੀ। ਅੱਛਾ ਭੈਣ ਹੈਗੀ ਜੀ ਕੋਈ? ਭੈਣ ਹੈਗੀ। ਉਹ ਕਿਹੜੇ ਪਿੰਡ ਬਹਿ ਨੇ ਜੀ? ਉਹ ਸਾਡੇ ਤੋਂ 5-6 ਕਿਲੋਮੀਟਰ ਦੂਰ ਬਹਿ ਆ। ਅੱਛਾ ਕਿਹੜਾ ਪਿੰਡ ਹੈ ਜੀ? ਪਿੰਡੀ ਬਲੋਚਾ ਜੀ। ਅੱਛਾ ਠੀਕ ਹੈ। ਤੁਹਾਡਾ ਫਰੀ ਕਿਹੜਾ ਦੱਸਿਆ ਤੁਸੀਂ ਜ਼ਿਲ੍ਹਾ? ਫਰੀਦਕੋਟ ਜੀ। ਫਰੀਦਕੋਟ ਦੇ ਵਿੱਚ ਜੀ। ਪਿੰਡੀ ਦੇ ਇੱਥੇ ਕੁੜੀ ਹੈ ਕੋਲੇ
ਠੀਕ ਹੈ ਜੀ। ਉੱਥੇ ਕੁੜੀ ਵਿਆਹੀ ਵੀ ਹੈ ਜੀ ਕਹਿੰਦੇ ਸਾਡੀ ਭੈਣ ਵਿਆਹੀ ਵੀ ਹੈ। ਹਾਂ ਕੁੜੀ ਦੇ ਚਾਚੇ ਤਾਂ ਸਾਰੇ ਇੱਥੇ ਰਹਿੰਦੇ ਪਿੰਡੀ ਰਹਿੰਦੇ। ਹੋ ਸਕਦਾ ਉਰੇ ਤਾਂ ਨਾ ਪਹੁੰਚੇ ਹੋਣ, ਫਿਰ ਹੋ ਸਕਦਾ ਪਟਿਆਲੇ ਤਾਂ ਨਾ ਆਏ ਹੋਣ। ਬਾਪੂ ਜੀ ਤੁਸੀਂ ਪਟਿਆਲੇ ਕੀ ਕੰਮ? ਬਲੋਚਾਲੀ ਵੀ ਉੱਥੇ ਪਿੰਡੀ ਬਲੋਚਾਲੀ ਵੀ ਹੈ, ਪਤਾ ਹੀ ਨਹੀਂ ਬਾਬਾ ਜੀ ਮੈਂ ਕਿੱਦਾਂ ਹੀ ਆ ਗਿਆ, ਮੇਰਾ ਪਤਾ ਹੀ ਲੱਗਿਆ ਗਾ। ਕੋਈ ਦਿਮਾਗੀ ਨਾ ਜੀ ਕੋਈ, ਦੇਖੋ ਸਿਕਿਉਰਿਟੀ ਦੀ ਨੌਕਰੀ ਕਰਦੇ ਨੇ, ਸਾਰਾ ਕੁਛ ਸਹੀ ਸੀ, ਇਹ ਤਾਂ ਰੱਬ ਜਾਣੇ ਹੁਣ ਕੀ ਐਸਾ ਕੋਈ ਨੀਂਦ ਆ ਗਈ। ਹਾਂਜੀ ਆਰਮੀ 'ਚ ਰਹਿ ਕੇ ਆਏ ਨੇ। ਆਪਾਂ ਦੁਬਾਰਾ ਫਿਰ ਦਿਖਾ ਦਿੰਦੇ ਹਾਂ ਦੋ ਇੱਕ ਦੋ ਫੋਟੋਆਂ ਬਾਪੂ ਜੀ ਦੀਆਂ, ਲੈ ਫੜਿਓ ਹਾਂ ਵੀਰੇ। ਆਹ ਦੇਖੋ ਤੁਸੀਂ ਇੱਕ ਦੋ ਫੋਟੋ ਆ, ਇੱਕ ਵਿੱਚ ਫੋਟੋ ਹੋਰ ਆ ਜੀ, ਇਹਦੇ ਵਿੱਚ ਇੱਕ ਫੋਟੋ ਹੋਰ ਆ ਜੀ। ਆਹ ਦਿਓ ਇੱਕ ਫੋਟੋ, ਆ ਵੀ ਦਿਓ, ਆ ਵੀ ਦਿਓ, ਆ ਦਿਓ। ਆਹ ਦੇਖਿਓ ਤੁਸੀਂ ਸਾਡੇ ਭਰਾ ਦਾ, ਇਹੋ ਜਿਹੇ ਬਜ਼ੁਰਗਾਂ ਤੋਂ ਤੁਸੀਂ ਦੇਖੋ ਇਸ ਇਨਸਾਨ ਨੇ ਕੀ ਖੱਟਿਆ ਜਿਹਦੀ ਤੁਹਾਨੂੰ ਫੋਟੋ ਦਿਖਾਉਣ ਲੱਗਿਆਂ। ਸਿੰਗਰ ਤਾਂ ਹੋਰ ਵੀ ਬਹੁਤ ਹੋਏ ਨੇ, ਪਰ ਇੱਦਾਂ ਦੇ ਬਜ਼ੁਰਗਾਂ ਦੀ ਜੇਬ 'ਚ ਇਸ ਇਨਸਾਨ ਦੀ ਫੋਟੋ ਮਿਲਣੀ, ਤੁਸੀਂ ਆਪ ਅੰਦਾਜ਼ਾ ਲਾ ਲਿਓ ਇਸ ਇਨਸਾਨ ਨੇ ਕੀ ਖੱਟਿਆ। ਕਿਸੇ ਧੀ ਭੈਣ ਨੂੰ ਮਾੜਾ ਨਹੀਂ ਬੋਲਿਆ, ਇੱਜ਼ਤਾਂ ਦੀ ਗੱਲ ਕੀਤੀ, ਅਣਖ ਦੀ ਗੱਲ ਕੀਤੀ। ਔਰ ਇੱਦਾਂ ਦੇ ਬਜ਼ੁਰਗਾਂ ਦੀ ਜੇਬ 'ਚ ਇੱਕ ਸਿੱਧੂ ਮੂਸੇ ਵਾਲੇ ਵੀਰ ਦੀ ਫੋਟੋ ਨਿਕਲਣੀ, ਤਾਂ ਤੁਸੀਂ ਆਪ ਅੰਦਾਜ਼ਾ ਲਾ ਲਿਓ ਨੌਜਵਾਨੋਂ ਵੀ ਕੀ ਇਨਸਾਨ ਦੇ ਕੋਲ, ਉਹਦੇ ਕੋਲ ਕੀ ਐਸਾ ਪਰਮਾਤਮਾ ਨੇ ਭੇਜਿਆ ਵਾ ਅਸੀਂ ਇਨਸਾਨ ਹੋ, ਜਿਹੜਾ ਇੰਨੇ ਬਜ਼ੁਰਗਾਂ ਦੇ, ਇੰਨੀਆਂ ਸਾਡੀਆਂ ਮਾਤਾਵਾਂ ਦੇ, ਇੰਨੇ ਭੈਣ ਭਰਾਵਾਂ ਦੇ ਦਿਲ ਦੇ ਵਿੱਚ ਬੈਠਾ ਰਿਹਾ ਉਹ। ਤੁਸੀਂ ਦੇਖੋ ਇੱਕ ਇਨਸਾਨ ਰੋਡ 'ਤੇ ਪਿਆ, ਉਹਦੀ ਜੇਬ ਦੇ ਵਿੱਚੋਂ ਸਿੱਧੂ ਮੂਸੇ ਵਾਲੇ ਦੀ ਫੋਟੋ, ਤੁਸੀਂ ਆਪ ਅੰਦਾਜ਼ਾ ਲਾ ਲਿਓ। ਇਸ ਟਾਈਮ ਅਸੀਂ ਇਹਨਾਂ ਨੂੰ ਪਟਿਆਲੇ ਲਚਕਾਣੀ ਪਿੰਡ ਆਸ਼ਰਮ ਦੇ ਵਿੱਚ ਲੈ ਕੇ ਚੱਲੇ ਹਾਂ ਜੀ, ਉੱਥੇ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਣੀ ਆ, ਔਰ ਉਸ ਤੋਂ ਅੱਗੇ ਫਿਰ ਇਹਨਾਂ ਦਾ ਘਰ ਲੱਭ ਕੇ ਇਹਨੂੰ ਘਰੇ ਪਹੁੰਚਾਇਆ ਜਾਣਾ ਬਾਪੂ ਜੀ ਨੂੰ। ਬਾਪੂ ਜੀ ਠੀਕ ਨੇ, ਆਰਮੀ ਦੇ ਵਿੱਚ ਨੌਕਰੀ ਕੀਤੀ ਆ, ਨੌਕਰੀ ਕਰਨ ਤੋਂ ਬਾਅਦ ਜਿਹੜਾ CMC ਹੌਸਪੀਟਲ ਦੇ ਬਾਹਰ ਸਿਕਿਉਰਿਟੀ ਗਾਰਡ ਦੀ ਵੀ ਨੌਕਰੀ ਕੀਤੀ ਆ। ਬਾਪੂ ਜੀ ਤੁਹਾਡੀ ਦੋਨਾਂ 'ਚੋਂ ਕਿਹੜੀ ਫੋਟੋ ਆ ਜੀ? ਠੀਕ ਆ ਜੀ, ਇੱਧਰਲੀ ਫੋਟੋ ਬਾਪੂ ਜੀ ਦੀ ਆ ਜੀ, ਗੁਰਨੇਕ ਸਿੰਘ ਜੀ ਦੀ। ਜ਼ਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ, ਆਪਾਂ ਨੂੰ ਪਤਾ ਲੱਗ ਸਕੇ ਕਿੱਥੋਂ ਆਏ ਸੀ, ਕਿੱਥੇ ਜਾ ਰਹੇ ਸੀ। ਪਿੰਡੋਂ ਆਪਣੇ ਤੁਹਾਡੇ ਪਰਿਵਾਰ 'ਚ ਪਿੰਡੇ ਰਹਿੰਦੇ ਨੇ ਸਾਰੇ ਜੀ? ਹਾਂਜੀ। ਤੁਸੀਂ ਵਿਆਹ ਕਰਵਾਇਆ ਸੀ ਜੀ? ਨਹੀਂ ਮੇਰਾ ਨਹੀਂ ਹੋਇਆ। ਓਕੇ ਜੀ, ਹੁਣ ਤੁਸੀਂ ਮਤਲਬ ਤੁਹਾਡੇ ਪਿੰਡ ਪਰਿਵਾਰ ਘਰ ਬਾਰ ਹੈਗਾ ਜੀ? ਹਾਂਜੀ ਮੇਰਾ ਭਰਾ ਪਿੰਡ ਆਇਆ ਹੁਣ। ਓਕੇ ਜੀ, ਬਾਹਰੋਂ ਆਇਆ ਵਾ ਜੀ? ਹਾਂਜੀ ਹਾਂਜੀ ਬਾਹਰੋਂ। ਠੀਕ ਹੈ, ਤੁਹਾਨੂੰ ਮਿਲਿਆ ਜੀ ਬਾਹਰੋਂ ਆ ਕੇ ਤੁਹਾਡਾ ਭਰਾ? ਹਾਂਜੀ ਹੁਣੇ ਮਿਲ ਗਿਆ। ਠੀਕ ਹੈ ਠੀਕ ਹੈ, ਤੁਸੀਂ ਪਟਿਆਲੇ ਕਿਤੇ ਆਪਣੀ ਭੈਣ ਨੂੰ ਮਿਲਣ ਤਾਂ ਨਹੀਂ ਆਏ ਤੇ? ਨਹੀਂ ਨਹੀਂ। ਤੁਸੀਂ ਫਿਰ ਪਟਿਆਲੇ ਕਿੱਦਾਂ ਆ ਗਏ ਜੀ? ਪਤਾ ਹੀ ਨਹੀਂ ਮੈਨੂੰ ਰਾਤ। ਤੁਸੀਂ ਪਿੰਡੋਂ ਕਿਹੜੇ ਕਿਹੜੇ ਦਿਨ ਕੋਈ ਅੰਦਾਜ਼ਾ ਯਾਦ ਹੈਗਾ, ਕੀ ਕੰਮ ਤੁਰੇ ਤੇ ਪਿੰਡੋਂ? ਪਤਾ ਹੀ ਨਹੀਂ ਲੱਗਿਆ ਮੈਨੂੰ ਬਾਬਾ ਜੀ, ਮੈਨੂੰ ਪਤਾ ਹੀ ਲੱਗਿਆ, ਪਤਾ ਹੀ ਨਹੀਂ ਲੱਗਿਆ ਹੈ ਨਾ ਜੀ। ਕਿਹਨਾਂ ਦੇ ਸਿਰ 'ਚ ਵੀ ਸੱਟ ਲੱਗੀ ਵੀ ਮੈਂ ਸੰਗਤ ਨੂੰ ਕਹੂੰਗਾ ਦੇਖੋ ਡਿੱਗ ਕੇ ਨਾ, ਰੱਬ ਜਾਣੇ ਕੋਈ ਸ਼ੁੱਧ ਬੁੱਧ ਇਨਸਾਨ ਭੁੱਲ ਜਾਂਦਾ। ਹਾਂਜੀ ਹਾਂਜੀ ਹਾਂਜੀ। ਔਰ ਬਾਪੂ ਜੀ ਦੇ ਜਿਹੜਾ ਪਜਾਮਾ ਤਾਰਿਆ ਵਾ ਸੀ, ਬੁਰੇ ਹਾਲਾਤ। ਅੱਛਾ, ਟੋਇਲਟ ਕਰੀ ਵੀ ਸੀ ਜੀ ਵਿੱਚ? ਓਕੇ ਜੀ ਓਕੇ। ਤੁਸੀਂ ਦੇਖੋ ਆਰਮੀ 'ਚ ਕਿੰਨੀ ਪਰਸਨੈਲਿਟੀ ਆ ਬੰਦੇ ਦੀ। ਹਾਂਜੀ 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 ਹਾਂਜੀ, ਹਲੋ ਫੜਿਓ ਵੀਰੇ ਸਾਰਿਆਂ, ਗੁਰੂ ਸਾਹਿਬ ਕਿਰਪਾ ਕਰਨ ਅਤੇ ਬਹੁਤ ਧੰਨਵਾਦ ਵੀਰੇ। ਅਸੀਂ ਇਹਨਾਂ ਨੂੰ ਹੁਣ ਲਚਕਾਣੀ ਪਿੰਡ ਲੈ ਕੇ ਜਾਂਦੇ ਹਾਂ ਜੀ ਆਸ਼ਰਮ 'ਚ। ਅੱਜ ਅਸੀਂ ਪਹਿਲਾਂ ਵੀ ਇੱਕ ਖੰਨੇ ਤੋਂ ਲੈ ਕੇ ਆਏ ਵੀਰ ਜੀ, ਖੰਨੇ ਤੋਂ ਵੀਰ ਲੈ ਕੇ ਆਏ ਹਾਂ ਕੋਈ ਦੋ ਬੀਬੀਆਂ ਵੀਰ ਜੀ। ਫਤਿਹਗੜ੍ਹ ਸਾਹਿਬ ਤੋਂ ਕੋਈ ਵਿਚਾਰਾ ਇੱਦਾਂ ਹੀ ਮੰਦ ਬੁੱਧੀ ਬੰਦਾ ਫਿਰਦਾ ਜੀ, ਦੋ ਬੀਬੀਆਂ ਕਹਿੰਦੀਆਂ ਜਿਹੜੀਆਂ ਮੱਝਾਂ ਦੇ ਬਾੜੀ ਵਾਲੀਆਂ, ਕਹਿੰਦੇ ਮੇਰੇ ਪੁੱਤ ਨਹੀਂ ਹੈਗਾ, ਮੇਰਾ ਪੁੱਤ ਬਣ ਜਾ। ਉਹਨਾਂ ਨੇ ਉਹਨੂੰ ਤੰਬਾਕੂ ਦਵਾ ਤਾ, ਉਹ ਵਿਚਾਰਾ ਉਹਨਾਂ ਦੇ ਨਾਲ ਤੁਰ ਪਿਆ, ਉਹਨੂੰ ਬੱਸ ਚੜ੍ਹਾ ਕੇ ਅੰਮ੍ਰਿਤਸਰ ਨੂੰ ਲੈ ਕੇ ਜਾ ਰਹੀਆਂ ਤੀਆਂ। ਬੱਸ ਦੇ ਵਿੱਚ ਇੱਕ ਬੀਬੀ ਬੈਠੀ ਤੀ, ਇੱਕ ਕਨੈਕਟਰ, ਉਹਨਾਂ ਨੇ ਦੋਨੇ ਸਾਡੀਆਂ ਵੀਡੀਓ ਦੇਖਦੇ ਸੀ। ਉਹਨਾਂ ਨੇ ਮਤਲਬ ਉਸ ਚੀਜ਼ ਦਾ ਵਿਰੋਧ ਕਰਤਾ ਵੀ ਤੂੰ ਧੱਕੇ ਨਾਲ ਫੜ ਕੇ ਲੈ ਕੇ ਚੱਲੇ ਹਾਂ। ਉਹ ਵਾਕਈ ਸੱਚ ਨਿਕਲੀ ਗੱਲ, ਉਹ ਬੰਦਾ ਛੱਡ ਕੇ ਦੋਨੇ ਬੀਬੀਆਂ ਮੰਡੀ ਗੋਬਿੰਦਗੜ੍ਹ ਭੱਜ ਗਈਆਂ। ਹੁਣ ਅਸੀਂ ਉਹ ਮੁੰਡਾ ਜਿਹੜਾ ਰੈਸਕਿਊ ਕਰਕੇ ਲੈ ਕੇ ਆਏ ਹਾਂ, ਉਹਦਾ ਅੱਗੇ ਪਰਿਵਾਰ ਲੱਭਾਂਗੇ। ਹੈਗਾ ਤਾਂ ਪਰਦੇਸੀ ਆ, ਮਤਲਬ ਇੱਦਾਂ ਦੇ ਅਸੀਂ ਕਾਫੀ ਬੰਦਿਆਂ ਨੂੰ ਛਡਾਉਣ 'ਚ ਕਾਮਯਾਬ। ਸਾਡਾ ਮੇਨ ਕੰਮ ਆ ਇੱਦਾਂ ਦੇ ਬਜ਼ੁਰਗਾਂ ਨੂੰ ਸਾਹਮਣਾ। ਗੁਰੂ ਸਾਹਿਬ ਕਿਰ, ਬਾਪੂ ਜੀ ਸਾਡੇ ਨਾਲ ਚੱਲੋ ਫਿਰ, ਤੁਸੀਂ ਆ ਜਾਓ, ਆਓ ਚੱਲੀਏ, ਬੁਲਾ ਕੇ ਫਤਿਹ ਲਿਆਓ। ਪਰਨਾ ਦਿਓ ਜੀ, ਇੱਕ ਪੁੱਤ ਪਰਨਾ ਦਿਓ, ਤੁਸੀਂ ਦਿਓ ਤੁਹਾਡਾ ਪਰਨਾ ਨਾ, ਇਕੱਲਾ ਇਕੱਲਾ ਲੜਤਾਰ ਹੈਗਾ। ਖੜ ਜਾਓ ਫਿਰ ਇੱਕ ਮਿੰਟ, ਇੱਕ ਮਿੰਟ 'ਚ ਦੇਖ ਲਓ ਹੈਗਾ ਜੀ ਪਰਨਾ, ਇਹਦੇ 'ਚ ਪਰਨਾ ਨਾ, ਚਾਦਰ ਆ ਜੀ, ਕੋਈ ਨਾ ਇੱਕ ਮਿੰਟ ਰੁਕ ਜਾਓ, ਖੜ ਜਾਓ। ਹਾਂ ਹੈਗਾ ਡੱਬੀਆਂ ਵਾਲਾ ਪਰਨਾ, ਖੜ ਜਾਓ, ਲਿਆਓ ਮੈਂ ਬੰਦ ਨਾ, ਬਸ ਛੱਡ ਦਿਓ, ਲਿਆਓ ਜੀ ਆਪਾਂ ਬਾਪੂ ਜੀ। ਅੱਛਾ ਠੀਕ ਹੈ ਜੀ, ਠੀਕ ਹੈ, ਇੰਨਾ ਹੀ ਬਹੁਤ ਆ ਆਈਡੀ ਪਰੂਫ ਇਹਨਾਂ ਦੇ ਨੇ ਵਿੱਚ। ਅਤੇ ਬਾਪੂ ਜੀ ਮੈਂ ਬੰਦਾ ਨਾ, ਖੜ ਤੋਂ ਬੰਨਿਆ ਨਹੀਂ ਜਾਣਾ। ਅੱਛਾ ਬੰਨੋ ਫਿਰ, ਬੰਨੋ ਬੰਨੋ, ਬੰਨ ਲਓ ਜੀ ਫਿਰ, ਬੰਨ ਲਓ। ਹਾਂਜੀ ਕੀ ਕਹਿੰਦੇ ਜੀ? ਡਿਪਰੈਸ਼ਨ ਜੀ, ਪਾਗਲ ਜਿਹਾ, ਪਾਗਲ ਜਿਹਾ ਹੋਣਾ। ਓਕੇ ਹੋ ਗਿਆ ਮੈਨੂੰ, ਇੱਦਾਂ ਹੀ ਪਤਾ ਨਹੀਂ। ਠੀਕ ਹੈ ਠੀਕ ਹੈ, ਚਲੋ ਕੋਈ ਨਾ, ਦੇ ਲਓ ਗੇੜੇ। ਹਾਂਜੀ ਚਲੋ ਜੀ, ਵਾਹਿਗੁਰੂ ਸੱਚੇ ਪਾਤਸ਼ਾਹ, ਬਸ ਐਂ ਬੰਨ ਲਓ ਜੀ। ਆ ਠੀਕ ਠੀਕ ਹੋ ਗਿਆ ਜੀ, ਬਸ ਲੜ ਵਿੱਚ ਦੇ ਲਓ ਸਮਾਰ ਕੇ।
बहुत ठीक है जी। मतलब एक काम करो, गड्डी लियाओ मोड़ के अपने वाले जी, पूरी लियाओ मोड़ के जी, गड्डी पूरी लियाओ, पूरी बिठा लेंगे बापू जी ने। और आईडी प्रूफ पा ले सारे? नहीं नहीं कुछ नहीं लेना जी, कुछ नहीं, नहीं नहीं कुछ नहीं लेना वीरे, संस्था चो चाह पी की तुरे वीरे, हम पानी चाह पी की तुरे जी। बापू जी लो तुसी लो पहले भरे कुट्टा चार कोल्ड ड्रिंक जी, पियो पियो पियो, फेंटा फेंटा जी। हाँ ठीक है जी, ठीक है वीरे। लगभग 42 साल सी उस टाइम उम्र। मेहनत बहुत, कोई नहीं फोटो भेज दियो, फोटो बहुत पुरानी है। देखो असी कोशिश करांगे जी, टाइम बहुत हो गया। और दोस्तों और बापू जी ने असी इस टाइम लैके लचकाने चले हैं जी, तुम सारे ने दुआवां करनियां ने, तुहाडे आले दुआले बहुत इदां दे बजुर्ग तुहानू मिलणगे। साडी हाथ जोड़ बेनती आ, तुसीं इदां दे बजुर्गों की बाँह फड़नी आ, तुसीं इदां दे बजुर्गों की मदद करनी आ, जेकर कोई तुहानू प्रॉब्लम दे विच ऐसे बजुर्ग मिलते हैं, क्योंकि जिहड़ा मदद करन वाले लोगों की गिणती बहुत घटती जा रही है। तुसीं गुरु साहब दे अगे अरदास करके साडे इदां दे बजुर्गों की बाँह फड़नी आ। तुसी एक देखो, एक इंसान दिमागी परेशान सड़क पर पिया हो जेबा के सिद्धू मूसेवाले वीर दी फोटो, ये कमाई सी इंसान की, यह कमाई सी शुभदीप सिंह सिद्धू मूसेवाले की, जिन्हें दुनिया के पंजाबियों का नाम रोशन किया, जिन्हें अणख की मिसाल दी, दलेरी की मिसाल दी, जिन्हें इन्नियां गोलियां चलदियां दे विच भी गोलियां चला के आपदी अणख का पूरा जिहड़ा प्रूफ दिता भी असीं अणखी उस गुरु के पुत आ, जिहड़े ना किसी मौत तो डरिया ते ना असी किसी फालतू डराने, यो इंसान आदि कमाई आ। इदा ही हूँ बापू जी का जोड़ा गुरु साहब कृपा करेंगे, सानू ताकत देंगे, असं इन्हों लैके लचकाने पहुँचते हैं। उस तो अगे इन्हों की दवाई सवेरे शुरू करांगे जी, पहला टेस्ट करवावे जी, हो सकता कोई दिमाग का ऐसा कोई जोड़ा कोई दौरा कई बार बजुर्गों पै जाता जी, भी शुद्ध बुद्ध भुल बैठते हैं, क्योंकि तो नॉर्मल सके आर्मी के नौकरी की, इन्हों का भरा कनेडा के रह रहे इस टाइम इंडिया आए हुए हैं, और वह भी सारा कुछ बिल्कुल सही जी। कई बार इंसान घरों कित आ, कोई ऐसा दिमाग से कोई अटैक आ जाता, हर किदा किदा बीमारियां जड़ियां पंजाब दे विच और दुनिया दे विच आ रही ने, क्योंकि साडा खाना पीना शुद्ध नहीं, कुछ पता ही नहीं लगता इंसान नूं वी इह की हो गया। उदा ही हो सकता बापू जी नाल कोई ऐसा कोई अटैक दिमाग से आया होवे, समझ नहीं लग रही बापू जी ने भी किदा इत्थे पटियाले पहुँच गए, कित्थे इन्हां दा पिंड आ, पटियाले वाले एरिए च की करना है सी, रब जाने कोई एंबूलेंस वाला छड गया। कई बार की हुंदा रोडां ते कोई इतलाह दे दिंदा सर, एंबूलेंस वाले कितने ना कितने हस्पतालां ते लैके आउंदे, हस्पतालां वाले दाखिल भी नहीं करते जी, इह सच्चाई है। असीं इदां दे बहुत बजुर्गों नूं देखदे आ, उह दाखिल नहीं करते। बापू जी दे कपड़िआं नूं गंदगी लगी भी, उह बापू जी उन्होंने दस्सिया, बापू जी कदों मिले तड़के जी, तुहानूं तड़के मिले ने बापू जी? ठीक है जी, तड़के दी फिर इहनां दी राखी होए जी। ठीक है ठीक है, असीं आ तां पहलां वी जांदे जी, असीं पहलां खन्ने गए वे ते जी। चलो बहुत धन्नवाद तुहाडा जी, बहुत धन्यवाद वीरे, दिलों धन्यवाद। साडी कितें लोड़ पैंदे जो मर्जी आवाज मारो, कोई दिमागी परेशान बीबी बजुर्ग बच्चा तुहानू मिलदा जो मर्जी दस्या करो जी, जिहड़े बहुते सीरीयस ने उन्हां नू आपां अपने कोल रख लांगे जी, जिहड़े थोड़े बीमार ने जी उन्हां दा इलाज शुरू कर देना जी। 600 बंदा अपने कोल दवाई लैण आउंदा जी, इदां ही लो बापू जी नू बिठाओ जी, बापू जी आ जाओ फिर, मैनू पाओ हथ, मैनू पा लो हथ, अच्छा पा लो जी पा लो, चलो चलो वाहेगुरू पाओ हथ, नहीं कोई ना कोई नहीं, वाहेगुरु सच्चा पातशाह, वाहेगुरु वाहेगुरु वाहेगुरु। और तुसी देखो दोस्तों बापू जी के हालात की हो गए इस टाइम दे। ओके ये तुसी मैनू ना सारा कुछ वट्सअप ते भेज दो वीरे, ये मेरा नंबर नोट कर लो, ये वट्सअप करो मैं, हाँ वो भेज दो। फोन अच्छा फोन कितने फड़ाता जी ये पा लिया? ठीक है जी, बस कोई ना ठीक है जी, ठीक है ठीक है वीरे। बाकी जिहड़े आई डी प्रूफ ने सामभ लेंगे, कपड़े सामभ लेंगे, जमा तलाशी से असं पा लें, किसी को माया निकलती है वीरे वो जमा तलाशी पा लें, जो बंदा जाता उन्होंने दे देने, किसी को 150 किसी को 200 किसी कोई चीज़ निकले किसी कोई चीज़ वीरे उन्होंने उद ही रख लेने। एक वीर को ना जी काफ़ी पैसे उन्हें ना मतलब बत्तियां बना बना 10-10 दे नोट जिबां च तुन के पता नहीं किन्ने सालों का फिर रहा, वो 10-10 दे नोट भुर के जमी जीरो हो गए, मतलब
पता नहीं माया यह जी कलहनी आ मतलब माया बड़े बड़िया सट लिया बड़े बड़िया गुरु साहब कृपा कर देने तो तुम देखो साढ़े को बजुर्ग आए उन्होंने जेब च 150 रुपया 6-7 महीने रहे जो जान लगे उन्होंने बेटी असी घर लभ लिया उन्होंने कोई चीज़ नहीं मंगी ना कोई आधार कार्ड ना वोटर कार्ड कहने मेरा 150 रुपया दे दो माया इन्नी कलहनी है जी गुरु साहब कृपा कर चलो भी सेवादार दो चढ़ जाओ एक जना होर चढ़ जाऊ पिछे है ना कैमरामैन चढ़ जाऊ एक ठीक आप चारे जने आए थे ठीक है ध्यान रखियो बापू जी का है ना तुम भी चढ़ जाओ पिछे चढ़ जाओ ठीक है जी फिर ओके संगत जी असं इस टाइम जो चाले पाते बापू जी साढ़े नाल ने गुरु साहब कृपा कर सानू ताकत देने असं तुम्हें दिखाते रहेंगे जी बजुर्गों के हालात थोड़े आले दुआले बहुत इदा के बजुर्ग ने तुम उन्होंने जरूर बांह फड़नी है जी असं इस टाइम पटियाले अबलवाल जोड़ा एरिया थापर यूनिवर्सिटी की बैकसाइड पर खड़े हैं जी इस टाइम अबलवाल के तुम ध्यान देना सारे भैन भरावान ने वीडियो शेयर करके इन्होंने परिवार तक जरूर वीडियो पहुँचाई है तो आप इन्हों सही सलामत घर इन्हों पहुँचा सकी है जी धन्यवाद जी ठीक है भीरे सारे का तय दिलों धन्यवाद भीरे बहुत सारा प्यार भीरे दिलों धन्यवाद सलूट है परमात्मा तुहाडे कारोबार च प्रीतम सिंह सोखल सीमेंट स्टोर परमात्मा तुहानू होर प्रीतम कर दे भीरे होर तुहाडे कारोबार च वाधे पावे तुसीं किसे दी मदद की है जी वाहिगुरू जी का खालसा वाहिगुरू जी की फतेह जी ठीक है रोहित हाँ जी दोस्तों असी हुण बजुर्गों नूं लैके संस्था नूं चाले पाते जी संस्था दे बिल्कुल नाल अपना फर्ज सेवा सोसाइटी दे जमी बिल्कुल नाल जिहड़ा ये आपां लैण आए सी बजुर्गों नूं गुरु साहब कृपा करन सानूं होर ताकत देण साडे इदां दे बजुर्गों नूं सामण दी सानूं होर महाराज ताकत देण तां जो असी इहनां लई होर जिहड़ी मेहनत करके एक वड्डा सारा घर बना के इन्हों जो सुख सहूलत और चंकी जिंदगी देने की कोशिश करांगे जी क्योंकि सारा कुछ करना गुरु साहब की कृपा नाल ही होना सारा कुछ संगत दी अरदासां सदके ही होना असी संगत अगे भी बेनती करते रहने तो असी जरूर इदा के दुखी इंसानों जरूर मिलने लिए आया करो ये जरूरी नहीं हुंदा भी आपने लखा रुपया लैके ही आना संस्था के जरूरी नहीं हुंदा भी आप हज़ार रुपए दी चीज़ा लैके ही संस्था के दान करना आना सानू लोड़ आ तुहाड़ियां दुआवां दी सानू लोड़ आ तुहाड़े सत्कार दी प्यार दी तुहाड़ियां जिहड़ियां कीतियां होईयां अरदासां दी तुसीं गुरु साहब दे चरणां च उस अल्लाह वाहिगुरू राम जी दे चरणां दे विच अरदास करनी आ वी सच्चे पातशाह वाहिगुरू सानू होर ताकत देवे और इदां दे बजुर्गां नूं सही सलामत रखे जी और उस हर एक रूह दा दिलों धन्नवाद जो तुसीं संस्था नाल जुड़े हो एक एक इंसान दा चाहे कोई दसवंध देण वाले चाहे कोई हत्थीं सेवा करन वाले चाहे कोई वीडियो बनाने वाले चाहे एक एक उस रूह का तह दिलों धन्नवाद आ क्योंकि तुहाडी सारयां दे साथ नाल ये कार्य चल रहा तुसीं सारयां दे विचों कहिंदे एक भी पौड़ी का जिहड़ा डंडा हुंदा जे एक भी घट होवे तां पौड़ी ते चढ़ना बड़ा मुश्किल हो जाता इस करके तुसीं सारे भैन भरा उस पौड़ी का एक एक डंडा हो जिन्हों चढ़न दे विच सानूं आसानी हो रही है तुसीं एक एक डंडा बनते जा रहे हो तह दिलों धन्नवाद तुसीं बापू गुरनेक सिंह जी लई जरूर अरदास करनी आ वीडियो देख के नहीं छड्डना और कमेंटा दे विच वाहेगुरू अल्लाह राम जरूर लिखना तां जो इन्हां नूं शांति मिल सके और तां जो ये रिलैक्स हो के अपना सारा कुछ दस सकन देखो तुसीं आर्मी दे विच ड्यूटी कीती होवे आर्मी च ड्यूटी करन तो बाद CMC हॉस्पिटल लुधियाणे जिहड़ी सिक्योरिटी गार्ड की नौकरी कीती होवे इस करके मेहनती इंसान आ बिल्कुल क्योंकि जे मेहनती ना हुंदे तां जॉब नहीं करदे सी मेहनती इंसान देश की आर्मी दे विच ड्यूटी करन तो बाद अज दे आ हालात बन गए बजुर्ग बिल्कुल ठीक होणगे हालात बहुते पुराने नहीं लग रहे इन्ने माड़े कई बार इंसान नूं कोई ऐसी कोई दौरा पै जांदा जी कोई ऐसा अटैक आ जांदा जिहदे नाल इंसान की शुद्ध बुद्ध दा पता ही नहीं लगता इंसान नूं भी कित्थे पहुँच गए तुसीं देखो बजुर्गों ने कपड़ियां दे विच गंदगी जिहड़ा बजुर्गों नूं पता ही नहीं लग्या चंगे भले बजुर्ग ने जो असी फतेह बुलाई आके तो उन्होंने लग्या भी कोई बाबा जां कोई जथेबंदी आ गई मैनूं लैण लई क्योंकि वह दसदे ने जिहड़े आप भी बजुर्ग सिख धर्म दे नाल संबंधित ने सिक्खी नाल संबंधित ने तुसीं सारे ने देखिया
और असी इस वक्त थापर यूनिवर्सिटी की बिल्कुल कंध के नाल नाल निकले जा रहे हैं जी। इस वक्त असी भादसों रोड तो क्रॉस कर रहे हैं जी। इस वक्त साडा जिधर नूं मूँह है जी गड्डी दा इधर तो थोड़ा 6 किलोमीटर अगे जाके अपना फर्ज सेवा सोसायटी आऊगी जी। गुरु साहब कृपा करनगे जी, सानू होर ताकत देणगे। और तुसी भी आउंदे जांदे पटियाले तो भादसों रोड लचकाणी पिंड जरूर खड़ के जाया करो। तुहाडे आउण नाले सानू हौसला मिलदा, तुहाडा एक एक कदम साडे लई एक पौड़ी का कम करदा जी, पौड़ी दे उस डंडे का कम करदा जी। संगत जी असीं इस वक्त लचकाणी पिंड दे अड्डे दे विच पहुँचण लगे हां जी। सामने तुहानू संस्था का बोर्ड भी दिखूगा जी। लचकाणी पिंड सज्जे पासे आ जी, काफ़ी भैन भरा सज्जे पासे मुड़ जाते हैं, सज्जे पासे लचकाणी पिंड आ, पर आपने बख्शीवाल वल नू जाना जी। थोड़ा जिहा अगे सानू एक यूनिवर्सिटी आऊगी जी, जिहड़ी यूनिवर्सिटी का नाम राजीव गांधी के नाम पर आ जी। इस यूनिवर्सिटी तो थोड़ा जिहा अगे अपना घर तुहानू सज्जे हत्थ दिखण लग जूगा जी। तुसीं इस वक्त यूनिवर्सिटी देख रहे होवोंगे जी राजीव गांधी के नाम पर। और इस तो थोड़ा जिहा अगे संगत जी अपना घर आ, करीब कह सकते हैं आपां किलोमीटर भी नहीं होना जी। तुहानू थोड़ा जिहा का मोड़ जदों तुसीं अगे देखोगे, इस मोड़ तो थोनू थोड़ा जिहा अगे सज्जे हत्थ कैमरामैन जरूर कैमरा मार के तुहानू दिखाऊगा जी। तो अपना फर्ज सेवा सोसायटी और तुहानू आउण दे विच बड़ा सौखा होना। तुसीं जदों भी कदे पटियाले आउंदे हो पटियाले तो और सामने तुसीं इस वक्त देख रहे हो अपना फर्ज सेवा सोसायटी पिंड लचकाणी का बोर्ड। इत्थों आपां यू टर्न लैके बस अगे अपना जिहड़ा सामने घर अपना दिखण लग जाना, थोड़ी जिही दूरी ते 200 मीटर ते 100 200 मीटर ते जी। तुसीं सारे जुड़े हो नाल नाल, सारे भैन भरा देखदे हो और नाल नाल अरदासां जरूर करनियां ने। असीं ये बेनती करांगे जी संगत अगे भी तुसीं ये वीडियोज़ देखदे देखो, तुसीं खब्बे हत्थ तुहानू अपना फर्ज सेवा सोसायटी दे जिहड़ा हाल दिखण लग गया होगा जी। और नाल कमरे बनाए जा रहे ने जी गुरु साहब की कृपा नाल। असीं ये बेनती करदे आ संगत अगे भी जदों भी तुसीं संस्थावां दीआं वीडियो देखदे हो तां जरूर सिमरन करो, नाल नाल उस वाहिगुरू जी का नाम जरूर लो तां जो जिहड़ा तकलीफ दे विच इंसान हुंदा उन्हों राहत मिल सके। क्योंकि नाम बाणी सिमरन अल्लाह वाहेगुरु राम का लहता हुआ वह नाम वो इन्ना क लाहे बनता, वह सारे तुसी भली भांत जानते हो। जो तुसी अपने सच्चे हिरदे तो किसी दुखी इंसान लिए अल्लाह कहोगे ना वाहेगुरु कहोगे ना तो उस इंसान तक जी फरियाद और अरदास पहुँचनी है जिहड़ा दुखी हुंदा, और उसनू थोड़ी राहत मिलेगी तुहाडे सिमरन करन दे नाल। तुसीं सामने इस टाइम देख रहे हो अपना फर्ज सेवा सोसायटी पिंड लचकाणी, कुछ सेवादार सेवा भी कर रहे हैं, कुछ लोहा जिहड़ा वो सांभ रहे हैं क्योंकि अंदर मिस्त्री लगे हुए ने जी पत्थर लाने लई। और अगली बार तक तो जी आप जो जीरी बढ़ जूगी फिर ये रस्ता उच्चा करके ये आप टैलां ला लेंगे जी। हुण बड़ी प्रॉब्लम आती है जो मीँह हुंदी है तो कई बार अपनी गड्डी भी इत्थों की नहीं लंघती जी। सामने तुसीं इस वक्त कमरे देख रहे हो जी जिन्हां दे विच गुरु साहब की कृपा होगी ये कमरे बन रहे ने, हुण अगे तैयार कर रहे ने संगत दे साथ नाल जी इधर नाल नाल। और जिहड़ा अपना घर आ तुहानूं असीं दर्शन कराउने आ गुरु नानक दे दर दे, गुरु नानक पातशाह की ही कृपा दे नाल जिहड़ा इह घर अगे अगे वध रिहा जी। तुसीं इस वक्त पहुँच गए जी अपना फर्ज सेवा सोसायटी जिहदा असीं नाम गुरु नानक पातशाह ने सानूं दित्ता गुरु नानक दा दर। तुसीं इस वक्त देख रहे हो गुरु नानक दा दर, वाहिगुरु सच्चा पातशाह। इस घर नूं जे असीं लंबे पै के सलूट मार दिए वह भी थोड़ा जी, क्योंकि इस घर ने सानू सेवा करन दे योग और इस घर ने सानू हरेक ओह प्यार सत्कार दिता जी। आ जाओ बापू जी, आ जाओ बापू जी, आ जाओ जी, आपां घरे पहुँच गए जी, आ जाओ, आ जाओ जी, आ जाओ, आ जाओ, वाहिगुरु सच्चा पातशाह। बैग चक लो, आ जाओ जी, आ जाओ, एक जना हाथ पर एक जना सेवादार होर बुला लो जी। हाँ जी दस तो अच्छा कोई ना जी कोई ना बापू जी, आ जाओ जी, आ जाओ जी, आ जाओ, आ जाओ। ठीक है संगत जी फिर असं इतने समाप्त कर दें, अंदर ना ही सारे सेवा लगे हुए ने, फिर थोड़ा अगली वीडियो सारे रब रूपी रूहों के दर्शन करवावे जी। वाहेगुरू जी का खालसा, वाहेगुरू जी की फतेह जी।